ਸਾਰੇ ਨੂੰ ਪਿਆਰ ਸਤਿਕਾਰਵਰੀ ਸਤਿ ਸ਼੍ਰੀ ਅਕਾਲ ਜੀ ਸੋਹ ਵਧੀਆ ਹੋਵਗੇ ਤੁਸੀਂ ਸਾਰੇ ਸੋ ਲਈਗਾ ਜੀ ਮੈਂ ਤੁਹਾਡੇ ਨਾਲ ਜੋ ਵੀ ਹਨਾ ਲੇਟਸਟ ਮੀਡੀਆ ਦੇ ਵਿੱਚ ਕੁਝ ਹਾਈਲਾਈਟਸ ਨਿਊ ਚੱਲ ਰਹੀਆਂ ਹਨਾ ਉਹਨਾਂ ਨੂੰ ਥੋੜਾ ਜਿਹਾ ਮੈਂ ਦੋੜਨਾ ਥੋੜੀਆਂ ਗੱਲਾਂ ਸ਼ੇਅਰ ਕਰ ਜਾਣੀਆਂ ਨੇ ਤੁਹਾਡੇ ਨਾਲ ਬਾਕੀ ਇੰਸਟਾਗ੍ਰam ਦੇ ਉੱਤੇ ਵੀ ਮੈਂ ਇੱਕ ਸਟੋਰੀ ਪੋਸਟ ਕੀਤੀ ਆ ਸੋ ਇੰਸਟਾ ਦੇ ਯੂਰ ਫੋਲੋ ਕਰੋ ਕਿਉਂਕਿ ਕੁਝ ਅਪਡੇਟਸ ਮੈਂ ਤੁਹਾਨੂੰ ਇੰਸਟਾ ਦੇ ਥਰੂ ਦੇਣਾ ਤੇ ਕੁਝ ਜਿਹੜਾ ਸੋਸ਼ਲ ਮੀਡੀਆ ਇਹਦੀ ਵੀ ਕੁਝ ਗਾਈਡਲਾਈਨਸ ਨੇ ਕੁਝ ਗੱਲਾਂ ਮੈਂ ਤੁਹਾਨੂੰ ਕਲੀਅਰ ਕੱਟ ਵੀ ਨਹੀਂ ਹਨਾ ਦੱਸ ਸਕਦਾ ਹੈਗਾ ਇੱਥੇ ਮੇਰੀਆਂ ਵੀ ਕੁਝ ਗਾਈਡਲਾਈਨਸ ਨੇ ਹਨਾ ਸੋ ਪਹਿਲਾਂ ਮੈਂ ਗੱਲ ਕਰਨੀ ਹੈ ਇੱਥੇ ਅ ਅਜਦੀਆਂ ਅਪਡੇਟਸ ਬਾਰੇ ਚਾਈਲਡ ਟੈਕਸ ਕ੍ਰੈਡਿਟ ਤੇ ਕਾਫੀ ਵੱਡੀ ਨਿਊਜ਼ ਆ ਰਹੀ ਆ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬਿਲਟ ਬੈਕ ਬੈਟਰ ਜਿਹੜਾ ਐਕਟ ਆ ਆ ਅਜੇ ਦਾ ਕੋਈ ਫਾਈਨਲ ਨਹੀਂ ਹੋਇਆ ਹੈਗਾ ਇਹਦੀ ਅਜੇ ਵੀ ਇਹ ਸੋਚ ਆ ਵੀ ਇਹ ਜਨਵਰੀ ਦੇ ਵਿੱਚ ਮੇਬੀ ਪਾਸ ਮਤਲਬ ਮੇਬੀ ਜਨਵਰੀ ਦੇ ਵਿੱਚ ਵਿੱਚ ਇਹਦੇ ਵਿੱਚ ਅ ਵੋਟਿੰਗ ਹੋ ਸਕਦੀ ਹੈ ਬਟ ਅਜੇ ਪੂਰਾ ਕਲੀਅਰ ਨਹੀਂ ਹੈਗਾ ਤੇ ਇਹਦੇ ਨਾਲ ਹੀ ਚਾਰਲ ਟੈਕਸ ਕ੍ਰੈਡਿਟ ਜੁੜਦਾ ਆ ਕਿਉਂਕਿ ਅ دسمبر ਤੱਕ ਚਾਰਲ ਟੈਕਸ ਕ੍ਰੈਡਿਟ ਆਇਆ ਆ ਬਟ ਜਨੂਅਰੀ ਮਨਤ ਦੇ ਵਿੱਚ ਨਹੀਂ ਆਇਆ ਬਿਕੋਜ਼ ਜਿਹੜਾ ਬਿਲਡ ਬੈਕ ਬੈਟਰ ਆ ਜੇਕਰ ਇਹ ਪਾਸ ਹੁੰਦਾ ਤਾਂ ਹੀ ਚਾਰਲ ਟੈਕਸ ਕ੍ਰੈਡਿਟ ਦੀ ਅੱਗੇ ਜਿਹੜੀ ਕਿਸ਼ਤ ਉਹ ਆਉਣੀ ਆ ਤੋ ਇਹਦੇ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਕਤਰ ਜੈਂਸਸ ਕੀ ਇੱਕ ਹੈਰਜ਼ ਵੀ ਦੇਕਰ ਇਹ ਜਨੂਅਰੀ ਦੇ ਵਿੱਚ ਪਾਸ ਹੁੰਦਾ ਤਾਂ ਅਸੀਂ ਟਰਾਈ ਕਰਾਂਗੇ ਫਰਬਰੀ ਦੇ ਵਿੱਚ ਜਿਹੜੀ ਚਾਰਲ ਟੈਕਸ ਕ੍ਰੈਡਿਟ ਦੀ ਆ ਦੋ ਕਿਸ਼ਤਾਂ ਇਕੱਠੀਆਂ ਦਿੱਤੀਆਂ ਜਾਣ ਮਤਲਬ ਜਨੂਅਰੀ ਦੀ ਵੀ ਫਰਵਰੀ ਦੇ ਵਿੱਚ ਦਿੱਤੀ ਜਾ ਸਕੀਏ ਇਹ ਟਰਾਈ ਕਰਾਂਗੇ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤੇ ਬਿਲਡਬੈਗ ਬੈਟਰ ਦੇ ਜਿਹੜੇ ਜੁਆਇ ਮੈਂਸ਼ਨ ਨੇ ਸੋ ਉਹਨਾਂ ਦੇ ਕਰਕੇ ਥੋੜੀ ਪ੍ਰੋਬਲਮ ਚੱਲ ਰਹੀ ਆ ਸੋ ਹੋਪ ਇਹ ਹੀ ਆ ਵੀ ਇਹ ਜਨੂਅਰੀ ਦੇ ਵਿੱਚ ਜਾਂ ਫਰਵਰੀ ਦੇ ਫਰਸਟ ਵੀਕ ਤੱਕ ਕਿਹਦੇ ਪਰ VOTING ਕਰ ਸਕਦੇ ਨੇ ਬਟ ਅਜੇ ਤੱਕ ਕੋਈ ਫਾਈਨਲ ਡਿਸੀਜਨ ਇਹਨਾਂ ਦਾ ਸਾਹਮਣੇ ਨਹੀਂ ਆਇਆ ਮੀਡੀਆ ਦੇ ਵਿੱਚ ਜਿਆਦਾਤਰ ਇਹੀ ਚੱਲ ਰਿਹਾ ਆ ਸੋ ਜਦੋਂ ਚੈਲ ਟੈਕਸ ਕ੍ਰੈਡਿਟ ਤੁਹਾਨੂੰ ਵੇਟ ਤਾਂ ਇਹ ਸਮਾਂ ਚੈਲ ਟੈਕਸ ਕ੍ਰੈਡਿਟ ਨਹੀਂ ਮਿਲਣਾ ਸੋ ਇਹ ਨੈਕਸਟ ਮਹੀਨੇ ਤੱਕ ਤੁਸੀਂ ਵੇਟ ਕਰ ਸਕਦੇ ਹੋ ਜੇਕਰ ਇਹ ਪਾਸ ਹੋ ਜਾਂਦਾ ਹੈ ਸੋ ਅਗਲੀ ਮੈਂ ਨਿਊ ਸ਼ੇਅਰ ਕਰਨੀ ਹੈ ਜੀ ਚੈਂਬਰ ਆਫ ਕਾਮਰਸ ਦੇ ਜਿਹੜੇ ਸੀਓ ਆ ਉਹਨਾਂ ਨੇ ਕਾਫੀ ਵੱਡੀ ਇੱਕ ਨਿਊ ਸ਼ੇਅਰ ਕੀਤੀ ਹੈ ਜਿਹੜੇ ਸੁਜੈਨ ਨੇ ਹਾਂ ਸੁਜੈਨ ਨਾ ਨਾ ਨਾਮ ਤੇ ਸੁਜੈਨ ਕਲਾਰਕ ਇਹਨਾਂ ਨੇ ਕਿਹਾ ਵੀ ਜਿਹੜੇ ਯੂ ਐਸ ਏ ਦੇ ਵਿੱਚ ਅ ਮੰਗਿਆਈ ਨੂੰ ਘਟਾਉਣ ਦੇ ਲਈ ਹੋਰ ਜ਼ਿਆਦਾ ਇਮੀਗ੍ਰੇਸ਼ਨ ਦੀ ਲੋੜ ਆ ਸੋ ਇਹਨਾਂ ਨੇ ਵਾਈਡਨ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਹੈ ਵੀ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਇਹਨੂੰ ਡਬਲ ਕੀਤਾ ਜਾਵੇ ਤਾਂ ਕਿ ਯੂਐਸਏ ਦੇ ਵਿੱਚ ਜਿਹੜੇ ਹੋਰ ਵੀ ਜਿੰਨਾ ਟਰੱਕਰਸ ਦੀ ਕਾਫੀ ਜ਼ਿਆਦਾ ਕਮੀ ਆ ਟਰੱਕ ਟਰੱਕ ਵੀਰਾਂ ਦੀ ਹੈ ਨਾ ਜਾਂ ਟਰੱਕ ਚਲਾਉਣੇ ਵਾਲਾਂ ਲਈ ਕਾਫੀ ਜ਼ਿਆਦਾ ਕਮੀ ਆ ਜਾਂ ਹੋਰ ਵੀ ਜਿੰਨੀ ਲੇਬਰ ਦੀ ਸ਼ਾਰਟੇਜ ਆ ਵੀ ਉਹ ਪੂਰੀ ਹੋ ਸਕੇ ਤੇ ਇਹਦਾ 21 ਹਾਲਾ ਕਹਿੰਦੇ ਵੀ ਇਮੀਗ੍ਰੇਸ਼ਨ ਹੋਰ ਚਾਹੀਦੀ ਆ ਤਾਂ ਜਿਹੜਾ ਲੀਗਲ ਇਮੀਗ੍ਰੇਸ਼ਨ ਆ ਇਹਨੂੰ ਅ ਡਬਲ ਕਰਨ ਲਈ ਜਿਹੜੀ ਹੈ ਨਾ ਵੱਲੋਂ ਅਪੀਲ ਕੀਤੀ ਜਾ ਰਹੀ ਆ ਸੋ ਨਾਲ ਦੀ ਨਾਲ ਇਹਨਾਂ ਨੇ ਡਾਕਾਂ ਵਾਲਿਆਂ ਲਈ ਵੀ ਕਿਹਾ ਵੀ ਡਾਕਾਂ ਵਾਲੇ ਜਿਹੜੇ ਆ ਇਹਨਾਂ ਲਈ ਕੋਈ ਨਾ ਕੋਈ ਤੁਸੀਂ ਰਸਤਾ ਜੂੜ ਤਿਆਰ ਕਰੋ ਹਾਲਾਂਕਿ ਇਹਨਾਂ ਨੇ ਟਰਾਈਆਂ ਵਾਹ ਕੀਤੀਆਂ ਨੇ ਬਟ ਹੁਣ ਤਾਂ ਇਹਨਾਂ ਕੋਈ ਕੀ ਉਹ ਜਿਆਦਾਤਰ ਆਸਤਾ ਹੈ ਉਹ ਹੈਗਾ ਐਗਜ਼ੈਕਟਿਵ ਆਰਡਰ ਉਹ ਦੇਖੋ ਵੀ ਅੱਗੇ ਕੀ ਡਿਸੀਜਨ ਆਉਂਦੇ ਆ ਮਤਲਬ ਇਹ ਰਿਕਵੈਸਟ ਕਰ ਰਹੇ ਨੇ ਵੀ ਲੀਗਲ ਇਮੀਗ੍ਰੇਸ਼ਨ ਨੂੰ ਡਬਲ ਕੀਤਾ ਜਾਵੇ ਤਾਂ ਕਿ ਜਿਹੜੀ ਮਜ਼ਦੂਰਾਂ ਦੀ ਕਮੀ ਜਾਂ ਲੇਬਰ ਦੀ ਕਮੀ ਜਾਂ ਫਿਰ ਆਪਾਂ ਦਾ ਟ੍ਰੱਕਰਸ ਦੀ ਕਮੀ ਜਾਂ ਹੋਰ ਵੀ ਜਿੰਨੇ ਵਰਕਰਸ ਨੇ ਹਨ ਉਹਨਾਂ ਨੂੰ ਹਾਇਰ ਕੀਤਾ ਜਾ ਸਕੇ ਇਹ ਜਿਹੜਾ ਚੱਲ ਰਿਹਾ ਸੀਗਾ মিডিਆ ਦੇ ਵਿੱਚ ਸੋ ਸੈਕੰਡ ਵਾਰ ਨਿਊ ਸ਼ੇਰ ਗਾਨੀ ਹੈ ਇੱਕ ਮੈਂ ਇੰਸਟਾ ਦੇ ਸਟੋਰੀ ਪੋਸਟ ਕੀਤੀ ਆ ਨਾ ਮੈਕਸੀਕੋ ਦੀ ਸੋ ਉਹਦੇ ਵਿੱਚ ਜੇ ਤੁਸੀਂ ਦੇਖਿਆ ਹੋਣਾ ਕਾਫੀ ਬੰਦੇ ਹਨ ਖੜੇ ਨੇ ਸੋ ਇਹ 369 ਬੰਦਾ ਆ ਤਕਰੀਬਨ 1 ਘਟ 360 ਜਿਹੜੇ ਕਿ ਸੰਡੇ ਨੂੰ ਇਹ ਟਰਲ ਟਰੱਕ ਟ੍ਰੇਲਰ ਫੜਿਆ ਨਾ ਨੇ ਜਿਹਦੇ ਵਿੱਚ 369 ਬੰਦਾ ਸੀਗਾ ਇਹ ਫੜਿਆ ਇਹਨਾਂ ਨੇ ਬੈਰਾਕ੍ਰੂਸ ਮੈਕਸੀਕੋ ਹਨਾ ਜਿੱਥੋਂ ਬੈਰਾਕ੍ਰੂਸ ਦੇ ਕੈਂਪ ਤੋਂ 311 ਮੁੰਡੇ ਰਿਪੋਰਟ ਵੀ ਕੀਤੇ ਗਏ ਸੀਗੇ ਹਨਾ ਸੋ ਉੱਥੋਂ ਇਹ ਚੈੱਕ ਪੋਸਟ ਤੇ ਫੜਿਆ ਤੇ ਇਹਦੇ ਵਿੱਚ ਅ 350 ਕੁੱਲ ਬੰਦੇ ਸੀਗੇ ਜਿਹਦੇ ਵਿੱਚ ਜ਼ਿਆਦਾਤਰ ਗੁਆਟੇਮਾਲਾ ਨਿਕਾਰੇ ਗੁਆ ਤੇ ਸੈਲ ਅ ਹਲ ਸੈਲਵਾਡੋਰ ਹੋਂਡਰਸ ਤੇ ਹੋਰ ਐਦਾਂ ਦੀਆਂ ਕੰਟਰੀਆਂ ਸੀ ਤਕਰੀਬਨ ਇਹ ਅਲੀ ਮਾਰਨਿੰਗ 3:30 ਵਜੇ ਇਹਨਾਂ ਨੇ ਚੈੱਕ ਪੋਸਟ ਵਾਲਿਆਂ ਨੇ ਫੜਿਆ ਦੇਖੋ ਵੀ ਕਿੱਡੇ ਵੱਡੇ ਲੈਵਲ ਤੇ ਇਹ ਇੱਕ ਤਰ੍ਹਾਂ ਦੀ ਹਿਊਮਨ ਜਿਹੜੀ ਟਰੈਫਿਕਿੰਗ ਆ ਜਾਂ ਲਾਲੋ ਵੀ ਹਿਊਮਨ ਸਮਗਲਿੰਗ ਹੋ ਰਹੀ ਸੀ ਵੀ ਇੰਨੇ ਜ਼ਿਆਦਾ ਲੋਕ ਇੱਕ ਟਰੱਕ ਟ੍ਰੇਲਰ ਦੇ ਵਿੱਚ 350 ਬੰਦਾ ਸੀ ਸੋ ਇਹਦੀਆਂ ਕੁਝ ਫੋਟੋਜ਼ ਮੈਂ ਤੁਹਾਨੂੰ ਇੰਸਟਾਗ੍ਰam ਦੇ ਉੱਤੇ ਸ਼ੇਅਰ ਕਰ ਦੂੰਗਾ ਤੁਸੀਂ ਦੇਖ ਸਕਦੇ ਹੋ ਸੋ ਮੇਰਾ ਇਹੀ ਸੁਝਾਸ਼ਨ ਆ ਵੀ ਇਦਾਂ ਦੇ ਵੇਹਲ ਵਿੱਚ ਇਹ ਸਿਸਟਮ ਕੋਦੇ ਟਰਾਈ ਨਾ ਕਰੋ ਨਾ ਤੁਸੀਂ ਟਰੈਕਟਰ ਟਰੇਲਰ ਦੇ ਵਿੱਚੋਂ ਬਿਕੋਜ਼ ਉਹਦੇ ਵਿੱਚ ਕੋਈ ਸਾਹ ਆਉਣ ਵਾਲਾ ਕੋਈ ਸਿਸਟਮ ਨਹੀਂ ਹੁੰਦਾ ਤੇ ਇਹ ਕਾਫੀ ਵੱਡੀ ਮੈਕਸੀਕੋ ਦੀ ਹਾਈਲਾਈਟ ਨਿਊ ਚੱਲ ਰਹੀ ਆ ਸੋ ਇਹ ਵੀ ਮੈਂ ਤੁਹਾਡਾ ਨਾਲ ਸ਼ੇਅਰ ਕਰਨੀ ਸੀਗੀ ਬਾਕੀ ਇਹੀ ਕੁਝ ਗੱਲਾਂ ਸੀਗੀਆਂ ਜਿਹੜੀਆਂ ਸ਼ੇਅਰ ਕਰਨੀਆਂ ਸੀ ਅੱਜ ਲਈ ਸੋ ਚੰਗਾ ਜੀ ਸਾਰੀ ਗੱਲ